ਨੇ। ਅਖੀਰ ਦੇ ਵਿੱਚ ਅਸੀਂ ਆਉਂਦੇ ਹਾਂ ਕਿ ਗੱਲ ਜਿੱਥੋਂ ਚੱਲ ਰਹੀ ਸੀਗੀ ਕਿ ਇੱਕ 84 ਦੇ ਬਾਰੇ ਅਸੀਂ ਗੱਲ ਕਰ ਰਹੇ ਸੀਗੇ। 84 ਦਾ ਤੁਸੀਂ ਕਿਹਾ ਕਿ ਦੁਬਾਰਾ ਹੋਣ ਦਾ ਫੇਰ ਅੰਦੇਸ਼ਾ ਹੈਗਾ, ਕਿਉਂਕਿ ਉਸ ਤਰ੍ਹਾਂ ਦੀ ਸੰਕੀਰਣ ਮਾਨਸਿਕਤਾ ਜੋ ਭਰ ਦਿੱਤੀ ਗਈ ਹੈਗੀ ਲੋਕਾਂ ਦੇ ਵਿੱਚ। ਜੇ 84 ਵਰਗਾ ਮਾਹੌਲ, ਤੁਹਾਡੇ ਕਹਿੰਦੇ ਅਨੁਸਾਰ ਕਿ 84 ਵਰਗਾ ਮਾਹੌਲ ਦੁਬਾਰਾ ਬਣ ਚੁੱਕਾ ਹੈਗਾ, ਤੇ ਜੇ ਹੁੰਦਾ ਤੇ ਕੀ ਅਸੀਂ ਤਿਆਰ ਹੈਗੇ ਆ? ਕਿਉਂਕਿ ਉਦੋਂ ਸਾਡੇ ਕੋਲ ਮੀਡੀਆ ਨਹੀਂ ਸੀਗਾ, ਸਰਕਾਰੀ ਚੈਨਲ ਸੀਗੇ, ਕੋਈ ਅਖਬਾਰਾਂ ਨਹੀਂ ਸੀਗੀ, ਪਰ ਅੱਜ ਸਾਡੇ ਕੋਲ ਆਪਣਾ ਸੋਸ਼ਲ ਨੈਟਵਰਕ ਹੈਗਾ, ਅੱਜ ਅਕਾਲ ਚੈਨਲ ਵਰਗੇ ਮੀਡੀਆ ਚੈਨਲ ਹੈਗੇ ਨੇ, ਪੰਥਕ ਚੈਨਲ, ਜਿਹਨੇ ਇਸ ਚੀਜ਼ ਗੱਲਾਂ ਨੂੰ ਹਾਈਲਾਈਟ ਕਰਦੇ ਨੇ ਔਰ ਇਹੋ ਜਿਹੇ ਸੰਕਟਾਂ ਤੋਂ ਲੋਕਾਂ ਨੂੰ, ਸੰਗਤ ਨੂੰ ਅਵੇਅਰ ਕਰਾਉਂਦੇ ਨੇ ਕਿ ਅੱਜ ਅਸੀਂ ਕਿੰਨੇ ਕੁ ਤਿਆਰ ਹੈਗੇ ਜੇ ਇਹੋ ਜਿਹੀ ਗੱਲ ਦੁਬਾਰਾ ਹੋਵੇ। ਅਸੀਂ ਪਹਿਲਾਂ ਨਾਲੋਂ ਜ਼ਿਆਦਾ ਜੁੱਤੀਆਂ ਖਾਵਾਂਗੇ ਐਤਕੀ। ਉਸ ਵਕਤ ਅਸੀਂ ਇਤਨੇ ਅਯਾਸ਼ ਨਹੀਂ ਸੀਗੇ ਜਿਤਨੇ ਅੱਜ ਹੈਗੇ। ਰਾਜਪੂਤ ਕਿਉਂ ਮਰੇ, ਕਿਉਂ ਮੁਗਲਾਂ ਤੋਂ ਮਾਰ ਖਾਧੀ? ਮਰਾਠੇ ਕਿਉਂ ਮਰੇ, ਕਿਉਂ ਮੁਗਲਾਂ ਤੋਂ ਮਾਰ ਖਾਧੀ? ਇਹ ਅਯਾਸ ਸਨ, ਉਹ ਲੜਾਕੇ ਸਨ, ਉਹ ਘੁੜਸਵਾਰੀ ਕਰਕੇ ਕਾਬਲ ਤੋਂ ਮਹਾਰਾਸ਼ਟਰਾ ਤੱਕ ਪਹੁੰਚ ਜਾਂਦੇ ਸਨ, ਉਹ ਘੁੜਸਵਾਰੀ ਕਰਕੇ ਕਾਬਲ ਤੋਂ ਦਿੱਲੀ ਤੱਕ ਪਹੁੰਚ ਜਾਂਦੇ ਸਨ। ਇਹ ਆਪਣੇ ਮਹਿਲਾਂ 'ਚ ਐਸ਼ ਮਾਰਦੇ ਸੀ ਰਾਣੀਆਂ ਦੇ ਨਾਲ। ਅਤੇ ਸਿੱਖ ਹੁਣ ਕੀ ਕਰ ਰਹੇ ਨੇ? ਸ਼ਰਾਬਾਂ ਇਹਨਾਂ ਤੋਂ ਲੈ ਲਓ, ਮਾਫ਼ ਕਰਿਓ, ਮੈਂ ਸਾਡੀਆਂ ਧੀਆਂ ਭੈਣਾਂ ਦੇਖ ਲਓ, ਸਿੱਖਾਂ ਦੀਆਂ ਕੁੜੀਆਂ ਰਾਤ ਨੂੰ 2-2 ਵਜੇ ਤੱਕ ਪੱਬਾਂ 'ਚ ਸ਼ਰਾਬਾਂ ਪੀਂਦੀਆਂ ਨੇ। ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ? ਜਿਹੜੀ ਉਹ ਗੱਲ ਹੈ ਨਾ, ਇਹ ਕਹਿੰਦੇ ਨੇ ਅਸੀਂ 5 ਲੱਖ ਮਾਰ ਲਾਂਗੇ, 10 ਲੱਖ ਮਾਰ ਲਾਂਗੇ, ਅਤੇ ਮੈਨੂੰ ਤਾਂ ਲੱਗਦਾ ਹੈ ਕਿ ਇਹ ਤਾਂ ਪਹਿਲੇ ਵੀ ਮਰੇ ਤੋਂ, ਇਹ ਤੋਂ ਤਾਂ ਲੱਖ ਲਾਣਤ ਹੈ ਇਹ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਐਜ਼ ਸਿੱਖ, ਇਹ ਤਾਂ ਮਰੇ ਤੋਂ ਵੀ ਬਦਤਰ ਜੀਣ ਕੀਤੇ, ਅਸੀਂ ਪਹਿਲੇ ਜੀਨੇ ਤੋਂ ਮਾਰੀ ਜਾਈਏ, ਇਸ ਤੋਂ ਚੰਗਾ ਤਾਂ ਪਹਿਲੇ ਨਾਲੋਂ ਜ਼ਿਆਦਾ ਸਾਡਾ ਨੁਕਸਾਨ ਹੋਣਾ। ਇਹ ਸਾਨੂੰ ਸਪਿਰਚੁਅਲ ਅਵੇਅਰਨੈਸ, ਸੋਸ਼ਲ ਅਵੇਅਰਨੈਸ, ਐਜੂਕੇਸ਼ਨਲ ਅਵੇਅਰਨੈਸ, ਮਾਰਸ਼ਲ ਅਵੇਅਰਨੈਸ, ਹਰ ਕਿਸਮ ਦੀ ਕੌਮ ਦਾ ਜੋ ਸਾਡਾ ਜਿਹੜੀ ਸਾਡੀ ਜਿਹੜਾ ਐਕਚੁਅਲੀ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜਿਆ ਸੀ ਨਾ, ਉਹ ਖਾਲਸਾ ਕਦੀ ਮਾਤ ਨਹੀਂ ਖਾਏਗਾ, ਉਹ ਕਦੀ ਮਾਰ ਨਹੀਂ ਖਾਏਗਾ। ਅਤੇ ਜਿਹੜੇ ਅੱਜ ਅਸੀਂ ਅਖੌਤੀ ਸਿੱਖ ਹਾਂ ਨਾ, ਅਸੀਂ ਜੁੱਤੀਆਂ ਖਾਣੀਆਂ ਹੀ ਨੇ, ਇਹ ਮਤਲਬ ਸਾਡੀ ਕਰਤੂਤ ਕਰਕੇ ਖਾਣੀਆਂ ਨੇ, ਉਹਨਾਂ ਨੇ ਨਹੀਂ ਮਾਰਨੀਆਂ। ਇਹਨਾਂ ਦੀ ਜੋ ਔਕਾਤ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੇ ਹੱਥ ਚੁੱਕ ਜਾਣੇ, ਗੁਲਾਮ 10,000 ਸਾਲ ਤੋਂ ਇਹ ਰਹੇ, ਹੈਂ, ਇਹਨਾਂ ਦੀ ਕੀ ਔਕਾਤ ਹੈ? ਇਹਨਾਂ ਨੂੰ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਮੁਗਲਾਂ ਨੇ ਸਾਲ ਗੁਲਾਮ ਰੱਖਿਆ, ਉਹ ਨਹੀਂ ਖਾਲਸੇ ਦੇ ਅੱਗੇ ਆਪਣੀ ਤਾਬ ਕੋਈ ਦਿਖਾ ਸਕੇ, ਖਾਲਸੇ ਦੀ ਤਾਬ ਅੱਗੇ ਮਾਰ ਖਾ ਕੇ ਨਿਕਲੇ ਇਸ ਦੇਸ਼ ਤੋਂ, ਅਤੇ ਇਹ ਕਿੱਥੇ ਨੇ? ਪਰ ਚੱਕਰ ਇਹ ਹੈ, ਅਸੀਂ ਦੇਖੋ, ਅਸੀਂ ਆਪਣੀ ਕਮਜ਼ੋਰੀ ਕਰਕੇ ਮਾਰ ਖਾਵਾਂਗੇ। ਸ਼ਸਤਰ ਵਿੱਦਿਆ ਅਸੀਂ ਛੱਡ ਦਿੱਤੀ, ਅੰਮ੍ਰਿਤ ਵੇਲਾ ਅਸੀਂ ਛੱਡ ਦਿੱਤਾ, ਗੁਰਮਤਿ ਪੜ੍ਹਨੀ ਅਸੀਂ ਛੱਡ ਦਿੱਤੀ, ਛੋਟੇ ਛੋਟੇ ਮੁੱਦਿਆਂ 'ਤੇ 12 ਬਿਹਾਰੀ 13 ਚੁੱਲ੍ਹੇ ਤੇਰਾ ਅਸੀਂ ਲੜੀ ਜਾਂਦੇ ਹਾਂ, ਫਿਰ ਜੁੱਤੀਆਂ ਹੀ ਖਾਣੀਆਂ ਨੇ ਫਿਰ ਇੱਕ ਤੋਂ।